ਯੋਰ ਅਕੈਡਮੀ ਦੇਖਣ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਅਸੀਂ ਪੰਜਾਬੀ ਦੀ ਪੁਸਤਕ ਜੋ ਹੈ ਸਹਿਤ ਮਾਲਾ ਦਸਵੀਂ ਦੀ ਕਿਤਾਬ ਹੈ ਇਹ ਇਸ ਦਾ ਪਹਿਲਾ ਭਾਗ ਜੋ ਗੁਰਮਤਕਾਵ ਹੈ ਉਸ ਦਾ ਅੱਜ ਦੂਸਰਾ ਲੈਸਨ ਅਸੀਂ ਕਰਾਂਗੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਇਹ ਸ਼੍ਰੀ ਗੁਰੂ ਅਮਰਦਾਸ ਜੀ ਦੀ ਨਿਤਨੇਮ ਦੀ ਬਾਣੀ ਅਨੰਦ ਸਾਹਿਬ ਵਿੱਚੋਂ ਲਿਆ ਗਿਆ ਹੈ ਇਹ ਅਨੰਦ ਸਾਹਿਬ ਜੀ ਦੀ 35ਵੀਂ ਪੌੜੀ ਹੈ ਇਹ శ్రీ ਰਾਮ ਮੇਰਿਆ ਇਸ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਜੋ ਮਨੁੱਖ ਹੈ ਉਹ ਆਪਣੇ ਫਯੂਲ ਦੇ ਕੰਮ ਕਰਕੇ ਆਪਣੀ ਜਿਹੜਾ ਜੀਵਨ ਹੈ ਉਹ ਵਿਅਕਤਗਵਾਰਿਆ ਹੈ ਅਤੇ ਜਿਸ ਨੇ ਉਸ ਦੀ ਰਚਨਾ ਕੀਤੀ ਸੀ ਪ੍ਰਮਾਤਮਾ ਨੇ ਉਸ ਨੂੰ ਇਹ ਭੁੱਲ ਬਿਠਾ ਹੈ ਥੱਲੇ ਲਿਖ ਲਿਖਦੇ ਹਨ ਕਿ ਇਹ ਉਹਨਾਂ ਉਹਨਾਂ ਤੇ ਪ੍ਰਮਾਤਮਾ ਦੀ ਮਿਹਰ ਹੋਈ ਹੈ ਜਿਨ੍ਹਾਂ ਦੇ ਪੁਰਬਲੇ ਜਨਮ ਚੰਗੇ ਸਨ ਤੇ ਉਹਨਾਂ ਨੇ ਉਹਨਾਂ ਨੂੰ ਹਰੀ ਨਾ ਹਰੀ ਦਾ ਜੋ ਸਿਮਰਨ ਹੈ ਪ੍ਰਮਾਤਮਾ ਦਾ ਜੋ ਸਿਮਰਨ ਹੈ ਉਹਨਾਂ ਉਹਨਾਂ ਨੇ ਆਪਣੇ ਮਨ ਵਿੱਚ ਵਸਾਇਆ ਹੈ ਅਤੇ ਉਹ ਸਰੀਰ ਜਿਹੜੇ ਹਨ ਉਹ ਪ੍ਰਵਾਨ ਹੋ ਗਏ ਹਨ ਸੋ ਵੇਖਦੇ ਹਾਂ ਕਿ ਗੁਰੂ ਸਾਹਿਬ ਇਸ ਵਿੱਚ ਕੀ ਫਰਮਾਨ ਕਰਦੇ ਹਨ ਇਹ ਸਰੀਰ ਮੇਰਾ ਇਸ ਜਗ ਵਿੱਚ ਆਏ ਕਿ ਕਿਆ ਤੁਧ ਕਰਮ ਕਮਾਇਆ ਕਹ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਚਤ ਲਾਇਆ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਸਰੀਰ ਮੇਰਾ ਇਸ ਜਗ ਮੇ ਆਏ ਕੇ ਕਿਆ ਤੁਧ ਕਰਮ ਕਮਾਇਆ ਇਸ ਜੱਗ ਦੇ ਵਿੱਚ ਆ ਕੇ ਤੂੰ ਕਿਹੜੇ ਕਿਹੜੇ ਕੰਮ ਕੀਤੇ ਹਨ ਜਿਹੜੇ ਤੇਰੇ ਕਰਨ ਵਾਲੇ ਸਨ ਕਿ ਤੂੰ ਫਜ਼ੂਲ ਦੇ ਕੰਮ ਹੀ ਕਰਦਾ ਰਿਹਾ ਹੈ ਕਹਿ ਕਰਮ ਕਮਾਇਆ ਤੁੱਦ ਸਰੀਰਾਂ ਜਾਂ ਤੂੰ ਜੱਗ ਮੇ ਆਇਆ ਕਹਿ ਕਰਮ ਦਾ ਮਤਲਬ ਕਿਹੜੇ ਕਿਹੜੇ ਕੰਮ ਤੂੰ ਕੀਤੇ ਹਨ ਇਸ ਜੱਗ ਦੇ ਵਿੱਚ ਕਿਹੜੇ ਕਿਹੜੇ ਤੂੰ ਸਾਰਥਕ ਕੰਮ ਕੀਤੇ ਹਨ ਜਿਹਦੇ ਨਾਲ ਤੇਰਾ ਭਲਾ ਹੋ ਸਕੇ ਜਿਦ ਹਰ ਤੇਰਾ ਰਚਨ ਰਚਿਆ ਸੋ ਹਰ ਮਨੁਸਾਇਆ ਗੁਰੂ ਸਾਹਿਬ ਇੱਥੇ ਫਰਮਾਉਂਦੇ ਹਨ ਕਿ ਜਿਸ ਪ੍ਰਮਾਤਮਾ ਨੇ ਤੇਰੀ ਰਚਨਾ ਕੀਤੀ ਸੀ ਤੂੰ ਉਸ ਨੂੰ ਵੀ ਭੁੱਲ ਬੈਠਾ ਹੈ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਗੁਰ ਪ੍ਰਸਾਦੀ ਦਾ ਮਤਲਬ ਹੈ ਵੀ ਪਰਮਾਤਮਾ ਦੀ ਕਿਰਪਾ ਹੋਈ ਹੈ ਕਿੰਨਾ ਕਿੰਨਾ ਦੀ ਕਿਰਪਾ ਹੋਈ ਹੈ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਜਿਨ੍ਹਾਂ ਦੇ ਪੂਰਬਲੇ ਕਰਮ ਜੋਹੀ ਉਹ ਚੰਗੇ ਸਨ ਉਹਨਾਂ ਉਹਨਾਂ ਤੇ ਪਰਮਾਤਮਾ ਦੀ ਕਿਰਪਾ ਹੋਈ ਹੈ ਤੇ ਉਹਨਾਂ ਉਹਨਾਂ ਨੇ ਉਸ ਪਰਮਾਤਮਾ ਨੂੰ ਮਨ ਦੇ ਵਿੱਚ ਵਸਾ ਲਿਆ ਹੈ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਦ ਸਤਿਗੁਰ ਸਿਉ ਚਿਤ ਲਾਇਆ ਸ੍ਰੀ ਗੁਰੂ ਅਮਰਦਾਸ ਜੀ ਦੱਸਦੇ ਹਨ ਕਿ ਉਹਨਾਂ ਉਹਨਾਂ ਦਾ ਸਰੀਰ ਜੋ ਹੈ ਉਹ ਪ੍ਰਵਾਨ ਹੋ ਗਿਆ ਹੈ ਉਹ ਸਫਲ ਹੋ ਗਿਆ ਹੈ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਮਨ ਚਿੱਤ ਵਿੱਚ ਉਸ ਪਰਮਾਤਮਾ ਵੈਗਰੂ ਨੂੰ ਵਸਾ ਲਿਆ ਹੈ ਸੋ ਇਹ ਲੈਸਨ ਜੋ ਹੀ ਇੰਨਾ ਹੀ ਇਹਦਾ ਆਪਾਂ ਕੇਂਦਰੀ ਭਾਵ ਵੇਖਾਂਗੇ ਕਿ ਕੀ ਹੈ ਕੇਂਦਰੀ ਭਾਵ ਦੇ ਵਿੱਚ ਆਪਾਂ ਇੰਨਾ ਹੀ ਲਿਖਣਾ ਹੈ ਕਿ ਇਸ ਆਨੰਦ ਸਾਹਿਬ ਦੀ 35ਵੀਂ ਪੌੜੀ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਮਨੁੱਖਾ ਜਨਮ ਜੋ ਪ੍ਰਮਾਤਮਾ ਵੱਲੋਂ ਮਿਲਿਆ ਸੀ ਉਹ ਮਨੁੱਖ ਨੇ ਆਪਣੇ ਵਿਰਥ ਵਿਰਥੇ ਕੰਮ ਕਰਕੇ ਜਾਂ ਹੋਰ-ਹੋਰ ਕੰਮ ਕਰਕੇ ਉਹ ਆਪਣਾ ਸਮਾਂ ਜੋ ਗਵਾ ਲਿਆ ਹੈ ਜਿਸ ਨੇ ਉਸ ਦੀ ਰਚਨਾ ਕੀਤੀ ਹੈ ਇਹ ਉਸ ਨੂੰ ਵੀ ਭੁੱਲ ਬੈਠਾ ਹੈ ਦੂਜਾ ਜੋ ਸ੍ਰੀ ਗੁਰੂ ਅਮਰਦਾਸ ਜੀ ਇਸ ਦੇ ਵਿੱਚ ਬਿਆਨ ਕਰਦੇ ਹਨ ਕਿ ਕਿੰਨਾ-ਕਿੰਨਾ ਤੇ ਪ੍ਰਮਾਤਮਾ ਦੀ ਜੋ ਮਿਹਰ ਹੋਈ ਹੈ ਉਹ ਉਹਨਾਂ ਤੇ ਮਿਹਰ ਹੋਈ ਹੈ ਜਿਨ੍ਹਾਂ ਦੇ ਪੂਰਵਲੇ ਕਰਮ ਜੋ ਚੰਗੇ ਸਨ ਉਹਨਾਂ ਤੇ ਮਿਹਰ ਹੋਈ ਹੈ ਤੇ ਉਹਨਾਂ ਨੇ ਆਪਣਾ ਆਪਣੇ ਆਪ ਨੂੰ ਜੋ ਪ੍ਰਮਾਤਮਾ ਦੇ ਵਿੱਚ ਲੀਨ ਕਰ ਲਿਆ ਹੈ ਜਾਂ ਉਹਨਾਂ ਨੇ ਆਪਣਾ ਮਨਚਿਤ ਪ੍ਰਮਾਤਮਾ ਦੇ ਵਿੱਚ ਲਾ ਲਿਆ ਹੈ ਤੇ ਉਹਨਾਂ ਉਹਨਾਂ ਦੇ ਜੋ ਜਨਮ ਹੈ ਉਹ ਸਫਲ ਹੋਇਆ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਬਹੁਤ ਬਹੁਤ ਧੰਨਵਾਦ